गुरु वाहे गुरु वाहे गुरु वाहे गुरु वाहे गुरु। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਦੀ ਜੋ ਵਿਚਾਰ ਹੈ ਉਹ ਮਾਲਕ ਕਰਵਾ ਰਹੇ ਆ, ਅਤੇ ਥੋੜ੍ਹਾ ਬਿਜ਼ੀ ਹੋਣ ਕਰਕੇ ਨਾ ਅੱਜ ਦੀ ਜੋ ਕਥਾ ਆਪਾਂ ਪਾ ਨਹੀਂ ਸਕੇ, ਤਾਂ ਕਰਕੇ ਆਪਾਂ ਹੁਣ ਲਾਈਵ ਇੱਥੇ ਥੱਲੇ ਰੂਮ ਦੇ ਵਿੱਚ ਹੋਏ ਹਾਂ। ਵਾਹਿਗੁਰੂ, ਜਿੱਦਾਂ ਮਾਲਕ ਹਰ ਸਮੇਂ ਆਪਣੇ ਨਾਲ ਰਹਿੰਦੇ ਆ, ਗੁਰੂ ਜੀ ਕਹਿੰਦੇ ਕਿ ਉਹ ਤੁਹਾਡਾ ਮਾਤਾ ਪਿਤਾ ਆ ਜਿਹੜਾ ਤੁਹਾਡੇ ਨਾਲ ਰਹਿੰਦਾ ਆ। ਉਹ ਰਹਿੰਦਾ ਤਾਂ ਸਾਡੇ ਨਾਲ ਆ, ਪਰ ਕਹਿੰਦੇ ਤੁਸੀਂ ਉਸਨੂੰ ਯਾਦ ਨਹੀਂ ਕਰਦੇ, ਤੁਸੀਂ ਉਸ ਵਾਹਿਗੁਰੂ ਨੂੰ ਯਾਦ ਦੀ ਜੋ ਮਨ ਦੀ ਸ਼ਕਤੀ ਆ ਨਾ, ਯਾਦ ਸ਼ਕਤੀ ਆ, ਉਹਦੇ ਵਿੱਚ ਕਹਿੰਦੇ ਤੁਸੀਂ ਉਹਨੂੰ ਵਸਾਉਂਦੇ ਨਹੀਂ। ਹੁਣ ਸਲੋਕ ਮਹੱਲਾ 9 ਦੇ ਵਿੱਚ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ, ਕਹਿੰਦੇ ਸੁੱਖ ਮੈਂ ਬਹੁਤ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ, ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਮਹਾਰਾਜ ਬੜਾ ਕਲੀਅਰ ਕਰਦੇ ਨੇ, ਕਹਿੰਦੇ ਸੁੱਖ ਦੇ ਵਿੱਚ ਤੁਹਾਡੇ ਨਾਲ ਤਰ੍ਹਾਂ ਤਰ੍ਹਾਂ ਦੇ ਜੀਵ ਆ ਕੇ ਖੜ ਜੂਗੇ, ਤਰ੍ਹਾਂ ਤਰ੍ਹਾਂ ਦੇ ਜੀਵ ਜੋ ਤੁਹਾਨੂੰ ਨਹੀਂ ਵੀ ਜਾਣਦੇ ਉਹ ਵੀ ਤੁਹਾਡੀ ਵਾਹ ਵਾਹ ਕਰਨਗੇ, ਤੁਹਾਡੇ ਨਾਲ ਖੜਨਗੇ, ਪ੍ਰਸ਼ੰਸਾ ਕਰਨਗੇ। ਕਹਿੰਦੇ ਦੁੱਖ ਮੈਂ ਸੰਗ ਨਾ ਕੋਈ, ਜਦੋਂ ਤੁਸੀਂ ਕਹਿੰਦੇ ਦੁਖੀ ਹੋ ਗਏ ਫਿਰ ਕਹਿੰਦੇ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ। ਕਹਿੰਦੇ ਕਹੋ ਨਾਨਕ ਹਰ ਭਜ ਮਨਾ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਹਾਰਾਜ ਕਹਿੰਦੇ ਬਾਣੀ ਤਾਂ ਵੈਸੇ ਇਹ 9ਵੇਂ ਪਾਤਸ਼ਾਹ ਜੀ ਦੀ, ਪਰ ਹਰ ਇੱਕ ਜਗ੍ਹਾ ਲਿਖਿਆ ਕਹੋ ਨਾਨਕ, ਮਤਲਬ ਨਾਨਕ ਦਾ ਹੀ ਰੂਪ। ਨਾਨਕ ਪਾਤਸ਼ਾਹ ਕਹਿੰਦੇ ਕਿ ਉਸ ਪਰਮਾਤਮਾ ਨੂੰ ਤੂੰ ਯਾਦ ਕਰ, ਉਹਦਾ ਭਜਨ ਕਰ, ਉਹਦਾ ਸਿਮਰਨ ਕਰ। ਕਹਿੰਦੇ ਅੰਤ ਸਹਾਈ ਹੋਏ, ਉਹ ਕਹਿੰਦੇ ਅੰਤ ਦੇ ਵਿੱਚ ਤੁਹਾਡੇ ਰੱਖਿਆ ਕਰੂਗਾ, ਸਹਾਈ ਹੋਊਗਾ। ਹੁਣ ਆਪਾਂ ਤਾਂ ਇਹੀ ਚਾਹੁੰਦੇ ਹਾਂ ਨਾ ਵੀ ਸਾਡੀ ਅੰਤ ਸਮੇਂ ਤੱਕ ਕੋਈ ਰੱਖਿਆ ਕਰੇ, ਅਤੇ ਆਪਾਂ ਉਮੀਦਾਂ ਕਿਹਨਾਂ 'ਤੇ ਰੱਖ ਕੇ ਬੈਠੇ ਹਾਂ? ਜੇ ਮਾਂ ਬਾਪ ਆ ਉਹ ਬੱਚਿਆਂ 'ਤੇ ਉਮੀਦਾਂ ਰੱਖ ਕੇ ਬੈਠੇ ਆ, ਜਿਹੜੇ ਬੱਚੇ ਆ ਉਹ ਮਾਂ ਬਾਪ ਦੇ 'ਤੇ ਉਮੀਦਾਂ ਰੱਖ ਕੇ ਬੈਠੇ ਆ। ਪਰ ਜਦੋਂ ਉਮਰ ਬੀਤ ਜਾਂਦੀ ਆ ਉਦੋਂ ਕੀ ਹੁੰਦਾ ਆ, ਸਵਾਸਾਂ ਦੀ ਪੂੰਜੀ ਖਤਮ ਹੋਣ ਕਰਕੇ ਸਾਰੇ ਚਲੇ ਜਾਂਦੇ ਨੇ, ਬਸ ਬਾਰੀ ਇੱਦਾਂ ਬੱਝੀ ਹੋਈ ਆ, ਕੋਈ ਆ ਰਿਹਾ ਅਤੇ ਕੋਈ ਜਾ ਰਿਹਾ। ਮਿਤਾ ਵਾਹ ਲੈ ਲਓ ਪੁੱਤ, ਆਪਾਂ ਥੋੜ੍ਹੀ ਜਿਹੀ ਵਿਚਾਰ ਕਰ ਲਈਏ ਵਿਚਾਰ ਆਪਾਂ, ਹੈਂ ਵਾਹਿਗੁਰੂ ਜੀ ਦੀ ਵਿਚਾਰ ਕਰ ਲਈਏ ਆਪਾਂ, ਕਰ ਲਈਏ ਵਿਚਾਰ ਇੱਕ ਵਾਰੀ। ਵਾਹਿਗੁਰੂ ਕਹਿੰਦੇ ਹੱਸੋ, ਵਾਹ ਗੁਰੂ ਵਾਹ ਗੁਰੂ ਮਹਿਤਾਬ। ਸੋ ਬੇਟੀ ਕਰਕੇ ਵੀ ਨਾ ਟਾਈਮ ਨਹੀਂ ਲੱਗਦਾ ਕਈ ਵਾਰੀ, ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ। ਤੁਹਾਨੂੰ ਪਤਾ ਆਪਣਾ ਇੱਕ ਚੈਨਲ ਡਿਲੀਟ ਹੋ ਗਿਆ ਨਾ, ਵਾਹਿਗੁਰੂ ਸਿਮਰਨ ਚੈਨਲ, ਅਤੇ ਮਾਲਕ ਹੁਣ ਇੱਧਰ ਕਿਰਪਾ ਕਰ ਰਹੇ ਆ। ਸੋ ਆਪਾਂ ਨੂੰ ਕਮੈਂਟ ਆ ਰਹੇ ਆ, ਭਾਰਤ ਭੂਸ਼ਣ, ਪਵਨਦੀਪ, ਐਜ ਨਾਈਟਿੰਗ ਸਟਿਚਿੰਗ ਬਾਏ ਅਨੂ। ਸੋ ਵਾਹਿਗੁਰੂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਵੀਡੀਓ ਨੂੰ ਵੇਖਦੇ ਆ, ਸ਼ੇਅਰ ਕਰ ਦਿਆ ਕਰੋ, ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ, ਆਪਣੇ ਸਟੇਟਸ ਦੇ ਉੱਤੇ ਲਗਾ ਦਿਆ ਕਰੋ। ਸੋ ਮਹਾਰਾਜ ਕਹਿੰਦੇ
ਸੁੱਖ ਦੇ ਵਿੱਚ ਤੁਹਾਡੇ ਆਲੇ ਦੁਆਲੇ ਘੇਰੇ ਦੇ ਘੇਰੇ ਬਣ ਜਾਣੇ। ਜਿਹੜੇ ਬੰਦੇ ਤੁਹਾਨੂੰ ਨਹੀਂ ਵੀ ਜਾਣਦੇ ਉਹਨਾਂ ਨੇ ਵੀ ਤੁਹਾਡੀ ਆ ਕੇ ਬਾਂਹ ਫੜ ਲੈਣੀ ਆ ਕਿ ਅਸੀਂ ਤੁਹਾਡੇ ਨਾਲ ਹਾਂ। ਪਰ ਜਿਉਂ ਹੀ ਤੁਹਾਡੇ ਉੱਤੇ ਦੁੱਖਾਂ ਦਾ ਸੰਕਟ ਆਉਣਾ ਆ, ਸਾਰਿਆਂ ਨੇ ਕਹਿੰਦੇ ਤੁਹਾਨੂੰ ਛੱਡ ਕੇ ਚਲੇ ਜਾਣਾ। ਚਲੋ ਇਹ ਤਾਂ ਗੱਲ ਇੱਕ ਵੱਖਰੀ ਹੋ ਗਈ, ਪਰ ਅੰਤ ਸਮੇਂ ਵੀ ਆਪਾਂ ਉਮੀਦ ਰੱਖਦੇ ਹਾਂ। ਹੁਣ ਸਾਡੇ ਮਦਰ ਸੀਗੇ ਜੀ, ਸਭ ਤੋਂ ਛੋਟੇ ਸੀ ਅਤੇ ਉਹ ਬਹੁਤ ਜਲਦੀ ਸਵਾਸ ਪੂਰੇ ਕਰਕੇ ਚਲੇ ਗਏ, ਹੈ ਨਾ। ਪਰ ਸਾਡੇ ਦਿਲ ਦੇ ਵਿੱਚ ਤਾਂ ਸੀ ਨਾ ਕਿ ਸਾਨੂੰ ਮਾਂ ਬਾਪ ਸਾਡੇ, ਮਤਲਬ ਮਾਂ ਸਾਡੀ ਆਖਰੀ ਕਾਫੀ ਸਮੇਂ ਤੱਕ ਸਾਡੇ ਨਾਲ ਰਹਿੰਦੇ, ਹੈ ਨਾ। ਹੁਣ ਆਹ ਪੋਤੀ ਆ, ਪਹਿਲਾਂ ਪੋਤਾ ਹੋਇਆ ਵੀ ਪੋਤੇ ਪੋਤੀ ਨੂੰ ਕਢਾਉਣ, ਹੈ ਨਾ। ਸਾਡੇ ਬਾਹਰ ਤਾਇਆ ਜੀ ਆ, ਤਾਇਆ ਤਾਈ ਜੀ ਆ, ਉਹਨਾਂ ਨੇ ਪੋਤਿਆਂ ਦੇ ਵਿਆਹ ਵੀ ਕਰ ਲਏ, ਹੈ ਨਾ। ਸੋ ਮਾਲਕ ਨੇ ਕਿ ਇਹਨੂੰ ਕਿੰਨੀ ਪੂੰਜੀ ਦਿੱਤੀ ਆ ਇਹ ਮਾਲਕ ਜਾਣਦੇ ਆ, ਹੈ ਨਾ। ਸੋ ਮਹਾਰਾਜ ਕਹਿੰਦੇ ਉਹਨੂੰ ਯਾਦ ਕਰੋ ਜੋ ਕਹਿੰਦੇ ਅੰਤ ਸਮੇਂ ਤੱਕ ਤੁਹਾਡੇ ਨਾਲ ਸਹਾਈ ਹੋਊਗਾ। ਉਹ ਕੌਣ ਆ? ਕਹਿੰਦੇ ਉਹ ਹਰੀ ਆ, ਉਹ ਪਰਮਾਤਮਾ ਆ, ਉਹ ਵਾਹਿਗੁਰੂ ਆ। ਮੈਂ ਤਾਂ ਪਲੀਜ਼ ਵਿਚਾਰ ਕਰਨ ਦੇ ਦਿਓ, ਪਲੀਜ਼ ਵਾਹਿਗੁਰੂ ਜੀ ਵਿਚਾਰ ਕਰ ਲਈਏ, ਹੈਂ। ਤੁਸੀਂ 2 ਮਿੰਟ ਬਸ ਚੁੱਪ ਕਰ ਜਾਓ। ਦੁੱਧ ਪੀ ਲਿਆ ਸੀ ਨਾ? ਹਾਂ ਪੀਤਾ ਆ ਦੁੱਧ, ਆਪਾਂ ਪੀਤਾ ਨਾ ਦੁੱਧ। ਸੋ ਵਾਹਿਗੁਰੂ, ਇੱਕ ਇਹ ਵਿਚਾਰ ਸੀ, ਦੂਸਰਾ ਆਪਣੇ ਕੋਲ ਇੱਕ ਸਵਾਲ ਪਹੁੰਚਿਆ ਸੀ। ਸੋ ਮਾਲਕ ਕਿਰਪਾ ਕਰਨ, ਆਪਾਂ ਫਟਾਫਟ ਵਿਚਾਰ ਕਰ ਲਈਏ। ਮਹਿਤਾਬ ਸਿੱਧੇ ਹੋ ਪੁੱਤ, ਦੇਖੋ ਪੁੱਤ ਕਿੰਨੀਆਂ ਸੰਗਤਾਂ ਆਪਣੇ ਨਾਲ ਜੁੜੀਆਂ ਆ, ਹੈਂ। ਸਭ ਆਪਾਂ ਨੂੰ ਵਿਚਾਰ ਸੁਣਨ ਬਾਰੇ ਆਏ, ਹੈਂ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਸੋ ਇਸ ਤਰੀਕੇ ਬੱਚਿਆਂ ਨੂੰ ਹਰ ਸਮੇਂ, ਚਾਹੇ ਉਹਨਾਂ ਨੂੰ ਨਹੀਂ ਵੀ ਪਤਾ ਕਿ ਵਾਹਿਗੁਰੂ ਕੀ ਆ। ਹੁਣ ਮਹਿਤਾਬ ਵਾਹਿਗੁਰੂ ਸੁਣਦੇ ਸਾਰੇ ਸਮਾਈਲ ਕਰਦੇ ਆ, ਸਕੂਨ ਮਿਲਦਾ ਹੋਊਗਾ ਵੀ ਜੈਸ ਨਾਮ ਦੇ ਨਾਲ ਅੰਦਰੋਂ ਜੁੜ ਕੇ ਸਕੂਨ ਮਿਲਦਾ ਆ, ਉਹੀ ਬਾਹਰ ਚੱਲਦਾ ਪਿਆ, ਹੈ ਨਾ। ਤਾਂ ਕਰਕੇ ਆਪਾਂ ਛੋਟੇ ਬੱਚਿਆਂ ਦੇ ਅੱਗੇ ਸਿਮਰਨ ਹਰ ਸਮੇਂ ਆਪਣੀ ਰਸਨਾ ਤੋਂ ਚਲਾਉਣਾ ਆ, ਆਪਣੀ ਰਸਨਾ ਤੋਂ ਚਲਾਉਣਾ ਆ, ਗੱਲਾਂ ਕਰਨੀਆਂ ਸਿਮਰਨ ਕਰ ਕਰਕੇ ਵਾਹਿਗੁਰੂ। ਜਦੋਂ ਉੱਠਦੇ ਆ ਉਦੋਂ ਵੀ ਵਾਹਿਗੁਰੂ ਕਹਿਣਾ, ਹੈ ਨਾ, ਜਦੋਂ ਅੱਖ ਖੁੱਲ੍ਹਦੀ ਬੱਚਿਆਂ ਦੀ। ਅਤੇ ਜਦੋਂ ਇੱਥੋਂ ਸਹਿਜ ਦੇ ਵਿੱਚ ਜਾਣਾ ਆ, ਅੱਗੇ ਲੋਰੀ ਸੁਣਾਉਂਦੇ ਹੁੰਦੇ ਸੀ ਨਾ, ਕਹਿੰਦੇ ਮਾਮਾ ਲੋਰੀ ਸੁਣਾਉਂਦੇ, ਕੋਈ ਲੋੜ ਨਹੀਂ ਲੋਰੀ ਸੁਣਾਉਣ ਦੀ, ਇਹ ਸੁਣਾਓ, ਇਹ ਵੀ ਇੱਕ ਲੋਰੀ ਆ। ਇਹਨੂੰ ਸੁਣਦੇ ਸੁਣਦੇ ਹੀ ਬੱਚਿਆਂ ਨੇ ਨੀਂਦ ਦੇ ਵਿੱਚ ਚਲੇ ਜਾਣਾ, ਠੀਕ ਆ। ਸੋ ਵਾਹਿਗੁਰੂ, ਆਪਣੇ ਕੋਲ ਸਵਾਲ ਇੱਕ ਪਹੁੰਚਿਆ, ਸਤਨਾਮ ਸਿੰਘ ਜੀ ਕਰਦੇ ਆਪਾਂ ਨੂੰ। ਵਾਹਿਗੁਰੂ ਜੀ, ਆਪਾਂ ਅਨਹਦ ਸ਼ਬਦ ਦੀ ਆਵਾਜ਼ ਨਹੀਂ ਸੁਣਦੇ ਤਾਂ ਕੀ ਹੁੰਦਾ ਹੈ ਵਾਹਿਗੁਰੂ ਜੀ? ਸੋ ਵਾਹਿਗੁਰੂ ਜੀ, ਬਹੁਤ ਥੋੜ੍ਹਾ ਪੁਰਾਣਾ ਸਵਾਲ ਆ, ਪਰ ਫਿਰ ਵੀ ਆਪਾਂ ਵਿਚਾਰ ਕਰਦੇ ਹਾਂ। ਸਤਨਾਮ ਸਿੰਘ ਜੀ ਨੇ ਆਪਾਂ ਨੂੰ ਕਮੈਂਟ ਇਹ ਕੀਤਾ ਸੀ ਕਿ ਜੇ ਆਪਾਂ ਅਨਹਦ ਸ਼ਬਦਾਂ ਨੂੰ ਨਹੀਂ ਸੁਣਦੇ, ਮਤਲਬ ਆਪਾਂ ਮਾਲਕ ਦੀ ਨਾਮ ਦੇ ਨਾਲ ਨਹੀਂ ਜੁੜਦੇ, ਜਿਹੜਾ ਅੰਦਰੋਂ ਨਾਮ ਪ੍ਰਗਟ ਹੁੰਦਾ, ਤਾਂ ਕਹਿੰਦੇ ਕੀ ਹੁੰਦਾ ਆ, ਹੈ ਨਾ। ਵਾਹਿਗੁਰੂ, ਗੁਰਬਾਣੀ ਦੇ ਵਿੱਚ ਦੱਸਿਆ ਗਿਆ ਆ ਕਿ ਜੋ ਉਹ ਨਾਮ ਆ, ਉਹ ਨਾਮ ਜਿਹੜਾ ਨਾ, ਉਹ ਮਨ ਦੀ ਖੁਰਾਕ ਆ, ਤਨ ਦੀ ਖੁਰਾਕ ਕਹਿੰਦੇ ਤੁਹਾਨੂੰ ਇੱਧਰੋਂ ਮਿਲੀ ਜਾਣੀ ਆ। ਸੰਸਾਰ ਦੇ ਵਿੱਚੋਂ ਤੁਸੀਂ ਖਾਂਦੇ ਆ, ਫਿਰ ਤੁਹਾਨੂੰ ਭੁੱਖ ਲੱਗਦੀ ਆ, ਫਿਰ ਤੁਸੀਂ ਖਾਂਦੇ ਆ ਕੁਛ, ਫਿਰ ਰੱਜ ਜਾਂਦੇ ਆ, ਹੈ ਨਾ। ਇਸ ਤਰੀਕੇ ਕਹਿੰਦੇ ਆ ਨਾ, ਆਪਾਂ ਕਰਦੇ ਹਾਂ ਨਾ, ਸਾਰੇ ਜੀਵ ਕਰਦੇ ਆ। ਹੁਣ ਇਹ ਬੇਟੀ ਸੀਗੀ ਮਹਿਤਾਬ ਕੌਰ, ਦੁੱਧ ਪੀ ਕੇ ਹਟੀ ਆ, ਹੈ ਨਾ। ਇਹਨੇ 1.5 ਘੰਟਾ ਕੱਢਣਾ ਆ, ਬਾਅਦ 'ਚ ਫਿਰ ਭੁੱਖ ਲੱਗ ਜਾਣੀ, ਹੈ ਨਾ। ਇਹ ਤਨ ਦੀ ਖੁਰਾਕ ਆ। ਜੋ ਮਨ ਦੀ ਖੁਰਾਕ ਆ, ਉਹ ਹੈ ਮਨ ਕਾ ਤੋਸਾ ਹਰ ਨਾਮ ਹੈ, ਉਹ ਹਰੀ ਪਰਮਾਤਮਾ ਦਾ ਨਾਮ ਆ। ਜਿਹੜਾ ਜੀਵ ਉਸ ਨਾਮ ਦੇ ਨਾਲ ਜੁੜ ਜਾਂਦਾ, ਅਨਹਦ ਸ਼ਬਦਾਂ ਦੇ ਨਾਲ, ਸਹਿਜ ਧੁਨ ਦੇ ਨਾਲ, ਨਾਦ ਦੇ ਨਾਲ, ਸੱਚੇ ਸ਼ਬਦ ਦੇ ਨਾਲ ਜੁੜ ਜਾਂਦਾ, ਉਹਦੀ ਜਿਹੜੀ ਮਨ ਦੀ ਤ੍ਰਿਸ਼ਨਾ ਆ ਨਾ, ਉਹ ਮਨ ਦੀ ਤ੍ਰਿਸ਼ਨਾ ਸ਼ਾਂਤ ਹੋ ਜਾਂਦੀ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ।
ਦੋ ਮਿੰਟ ਆਪਾਂ ਹੋਰ ਵਿਚਾਰ ਕਰ ਲਈਏ। ਵਾਹਿਗੁਰੂ, ਦੇਖੋ ਕਿੰਨੀਆਂ ਸੰਗਤਾਂ ਸੀ ਜੁੜੀਆਂ ਆਪਣੇ ਨਾਲ, ਕਿੰਨੀਆਂ ਸੰਗਤਾਂ ਜੁੜੀਆਂ ਸੀ, ਬਹੁਤ ਸੰਗਤਾਂ ਜੁੜੀਆਂ ਸੀ। ਹਾਂ, ਸੋ ਵਾਹਿਗੁਰੂ, ਹੁਣ ਵਿਚਾਰ ਆਪਾਂ ਨੂੰ ਬੰਦ ਕਰਨੀ ਪੈਣੀ। ਮੈਂ ਤਾਂ ਆਪ ਕਰ ਹੁਣ ਥੋੜ੍ਹਾ ਅੱਕ ਗਈ ਆ, ਹੈ ਨਾ, ਪਤਾ ਨਹੀਂ ਸ਼ਾਇਦ ਇਹਨੂੰ ਨੀਂਦ ਨਾ ਆਈ ਹੋਵੇ। ਸੋ ਮਾਲਕ ਨੇ ਵਿਚਾਰ ਕਰਵਾਈ ਆ ਆਪਾਂ ਨੂੰ, ਕਾਫੀ ਸੰਗਤਾਂ ਦੇ ਕਮੈਂਟ ਆਏ ਆ, ਹੈ ਨਾ। ਵਾਹਿਗੁਰੂ। ਸੋ ਵਾਹਿਗੁਰੂ, ਸੰਗਤਾਂ ਦੇ ਇੱਕ ਦਵਿੰਦਰ ਜੀ ਦਾ ਕਮੈਂਟ ਆਇਆ, ਉਹ ਅਸੀਂ ਬਾਅਦ ਦੇ ਵਿੱਚ ਦਾ ਰਿਪਲਾਈ ਕਰ ਦਾਂਗੇ, ਹੈ ਨਾ। ਸੋ ਮੈਂ ਤਾਂ ਆਪ ਕਰ ਹੁਣ ਰੋਣ ਲੱਗ ਪਈ ਆ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸੋ ਵਾਹਿਗੁਰੂ, ਇਸ ਤਰੀਕੇ ਆਪਾਂ ਮਾਲਕ ਦੇ ਨਾਲ ਜੁੜਨਾ ਆ। ਜੇ ਅਸੀਂ ਉਸ ਨਾਮ ਦੇ ਨਾਲ ਨਹੀਂ ਜੁੜਦੇ, ਮਹਾਰੇ ਕਹਿੰਦੇ ਕਿ ਤੁਸੀਂ ਜਮਾਂ ਦੇ ਵੱਸ ਵਿੱਚ ਪੈ ਸਕਦੇ ਹੋ, ਤੁਹਾਨੂੰ ਜਮ ਆ ਕੇ ਫੜਨਗੇ, ਤੁਹਾਨੂੰ ਇੱਥੇ ਆਪਣੇ ਦੋ ਸਿਰੇ ਆ, ਹੈ ਨਾ, ਜਿਹਾ ਸਿਰਿਆ ਕਾਪ ਸੁਆਮੀ ਖੇਲੇ ਵਿਖੇ ਅੰਤਰ ਜਾਮੀ। ਸੋ ਵਾਹਿਗੁਰੂ, ਤਾਂ ਨਾ ਮਹਿਤਾਬ ਕੌਰ ਨੂੰ ਚੱਕ ਲੈਂਦੇ ਹਾਂ, ਫਿਰ ਸ਼ਾਇਦ ਇਹ ਚੁੱਪ ਕਰ ਜਾਵੇ, ਹੈ ਨਾ। ਵਾਹਿਗੁਰੂ, ਆ ਜਾਓ ਜੀ, ਆ ਜਾਓ ਜੀ। ਕੀ ਹੋ ਗਿਆ ਸੀ, ਹੈ ਨਹੀਂ ਆਏ? ਦੇਖੋ ਵਾਹਿਗੁਰੂ, ਆਪਣੇ ਕੋਲ ਸੰਗਤਾਂ ਦੇ, ਹੈ ਨਾ, ਵਿਚਾਰ ਕਰ ਸੁਣਦੀਆਂ ਵਿਚਾਰ, ਹੈ ਨਾ, ਸੰਗਤਾਂ। ਸੋ ਵਾਹਿਗੁਰੂ, ਜੇ ਆਪਾਂ ਨਾਮ ਦੇ ਨਾਲ ਨਹੀਂ ਜੁੜਦੇ, ਉਹਨਾਂ ਦੇ ਸ਼ਬਦਾਂ ਦੇ ਨਾਲ ਨਹੀਂ ਜੁੜਦੇ, ਮਹਾਰਾਜ ਕਹਿੰਦੇ ਆ ਕਿ ਉਹ ਜਿਹੜੇ ਜਮ ਆ ਉਹ ਸਾਨੂੰ ਆ ਕੇ ਫੜਨਗੇ। ਪਹਿਲਾਂ ਤਾਂ ਸੁੱਤੇ ਹੋਏ ਮਨ ਨੂੰ ਡੰਡਾ ਮਾਰ ਕੇ ਜਗਾਉਣਗੇ, ਅਤੇ ਆਪਾਂ ਜਮਾਂ ਦੇ ਵੱਸ ਜ਼ਰੂਰੀ ਪੈਣਾ ਹੈ। ਸੋ ਵੱਸ ਰਹਿੰਦੇ ਰਹਿੰਦੇ ਆਪਾਂ ਉਸ ਨਾਮ ਦੇ ਨਾਲ ਜੁੜਨਾ ਆ। ਜੇ ਆਪਾਂ ਉਸ ਨਾਮ ਦੇ ਨਾਲ ਜੁੜ ਜਾਵਾਂਗੇ ਤਾਂ ਆਪਣਾ ਸਾਰਿਆਂ ਦਾ ਹੀ ਭਾਰ ਉਤਾਰਾ ਹੋ ਜਾਊਗਾ। ਉਹ ਨਾਮ ਕੀ ਹੈ? ਮਾਲਕ ਦੇ ਮੁੱਖ ਦੀ ਆਵਾਜ਼, ਤੇਰਾ ਮੁੱਖ ਸੁਭਾਅ ਆ ਜੀਓ ਸਹਿਜ ਤੂੰ ਨਿਭਾਣੀ। ਆਪਾਂ ਉਹ ਉਸ ਨਾਮ ਦੇ ਨਾਲ ਜੁੜ ਗਏ ਤਾਂ ਸਮਝੋ ਮਾਲਕ ਦੇ ਨਾਲ ਜੁੜ ਗਏ, ਹੈ ਨਾ। ਅਤੇ ਆਪਾਂ ਕੋਸ਼ਿਸ਼ ਕਰਨੀ ਹੁੰਦੀ ਆ ਕਿ ਮਨ ਨੂੰ ਸਹਿਜ ਕਰਕੇ, ਸਹਿਜ ਦੇ ਵਿੱਚ ਜਾ ਕੇ ਆਪਾਂ ਉਸ ਸ਼ਬਦਾਂ ਨੂੰ, ਨਾਦ ਨੂੰ, ਨਾਮ ਨੂੰ, ਸੱਚੇ ਨਾਮ ਨੂੰ ਸੁਣੀਏ। ਫਿਰ ਮਨ ਨੂੰ ਖੁਮਾਰੀ ਵੀ ਚੜ੍ਹਦੀ ਆ, ਆਨੰਦ ਵੀ ਆਉਂਦਾ, ਸੁੱਖ ਵੀ ਮਿਲਦਾ, ਬਹੁਤੇ ਜੀਵਾਂ ਨੂੰ ਅੰਮ੍ਰਿਤ ਰਸ ਵੀ ਆਉਂਦਾ, ਹੈ ਨਾ। ਸੋ ਇਸ ਤਰੀਕੇ ਆਪਾਂ ਨਾਮ ਦੇ ਨਾਲ ਜੁੜਨਾ ਆ, ਤਾਂ ਜੋ ਸਾਡੀ ਜਿਹੜੀ ਲਿਵ ਟੁੱਟੀ ਹੋਈ ਆ ਉਹ ਲਿਵ ਸਾਡੀ ਉਸ ਨਾਮ ਦੇ ਨਾਲ ਜੁੜ ਜਾਵੇ। ਮਾਤਾ ਦੇ ਗਰਭ ਦੇ ਵਿੱਚ ਵੀ ਸਾਨੂੰ ਉਹ ਨਾਮ ਦੀ ਸ਼ਕਤੀ ਦੇ ਨਾਲ ਹੀ ਸੇਫ ਰੱਖਿਆ ਜਾਂਦਾ, ਨਹੀਂ ਤਾਂ ਦੇਖ ਲਓ ਕਿੰਨੀ ਹੀਟ ਹੁੰਦੀ ਹੈ ਨਾ, ਮਾਂ ਦੇ ਗਰਭ ਦੇ ਵਿੱਚ ਸੜ ਸਕਦੇ ਹਾਂ, ਹੈ ਨਾ। ਸੋ ਵਾਹਿਗੁਰੂ ਜੀ, ਭੁਲਾ ਚੁੱਕਾ, ਮਾਫ਼ ਕਰਨਾ ਜੀ, ਬੇਟੀ ਹੁਣ ਥੋੜ੍ਹਾ ਜਿਹਾ, ਹੈ ਨਾ, ਇਰੀਟੇਟ ਜਿਹੀ ਹੋਈ ਆ, ਇਹਨੂੰ ਸੁਲਾ ਦੇਈਏ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।